ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਆ ਸੁਮਨਪ੍ਰੀਤ ਕੌਰ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 24 ਜਨਵਰੀ 2022 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ ਕੁਐਸਚਨਸ ਹਰੇਕ ਕੁਐਸਚਨ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜੇਕਰ ਤੁਸੀਂ ਕਿਸੇ ਵੀ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਤੁਹਾਡੇ ਲਈ ਕਰੰਟ ਅਫੇਅਰ ਕਿੰਨੀ ਜ਼ਿਆਦਾ ਇੰਪੋਰਟੈਂਟ ਹੈ ਤੁਹਾਨੂੰ ਵੀ ਪਤਾ ਹੈ ਸੋ ਜਿਨ੍ਹਾਂ ਦੇ ਵੀ ਸਿਲੇਬਸ ਦੇ ਵਿੱਚ ਕਰੰਟ ਅਫੇਅਰ ਹੈ ਕਰੰਟ ਅਫੇਅਰ ਹਮੇਸ਼ਾ ਹੀ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਦੀ ਹੀ ਪੁੱਛੀ ਜਾਂਦੀ ਹੈ ਤੇ ਅਸੀਂ ਕਰੰਟ ਅਫੇਅਰ ਜੋ ਕਰ ਰਹੇ ਹਾਂ ਇੰਟਰਨੈਸ਼ਨਲ ਐਂਡ ਨੈਸ਼ਨਲ ਲੈਵਲ ਦੀ ਕਰ ਰਹੇ ਹਾਂ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਦੇਖਣਾ ਤੇ ਹਰੇਕ ਕੁਸ਼ਣ ਆ ਜਿਹੜਾ ਪੂਰੇ ਧਿਆਨ ਦੇ ਨਾਲ ਸਮਝਿਆ ਕਰੋ ਤਾਂ ਜੋ ਕੁਸ਼ਣ ਪੇਪਰ ਦੇ ਵਿੱਚ ਕਿਸੇ ਵੀ ਤਰ੍ਹਾਂ ਕਮਾਫਰਾ ਕੇ ਆ ਜੇ ਤੁਸੀਂ ਆਸਾਨੀ ਦੇ ਨਾਲ ਅਟੈਂਪਟ ਕਰ ਸਕੋ ਤੇ ਹਾਂਜੀ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਲੈ ਸਕਦੇ ਨੇ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਵੀਡੀਓ ਨੂੰ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕੁਐਸਚਨ ਨੰਬਰ 1 ਕਿਸ ਰਾਜ ਦੇ ਸੁੰਦਰਵਨ ਮਿਨੀ ਚਿੜੀਆ ਘਰ ਨੇ ਪਸ਼ੂ ਗੋਦਲੋ ਪਹਿਲ ਸ਼ੁਰੂ ਕੀਤੀ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਇਸ ਨੂੰ ਤੁਸੀਂ ਯਾਦ ਰੱਖਣਾ ਅਡਾਪਟ ਐਨ ਐਨੀਮਲ ਦੇ ਨਾਮ ਨਾਲ ਵੀ ਠੀਕ ਹੈ ਇਹ ਇਸ ਕੁਐਸਚਨ ਦਾ ਰਾਈਟ ਆਨਸਰ ਹੈ অপਸ਼ਨ ਨੰਬਰ ਸੀ ਗੁਜਰਾਤ ਗੁਜਰਾਤ ਦੇ ਚਿੜਿਆਕਰ ਜਿਹਦਾ ਨਾਮ ਆ ਸੁੰਦਰਵਨ ਮਿੰਨੀ ਚਿੜਿਆਕਰ ਠੀਕ ਹੈ ਇਸ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਜਿਹਦਾ ਨਾਮ ਆ ਅਡਾਪਟ ਐਨ ਐਨੀਮਲ ਹਾਂਜੀ ਹੁਣ ਇਹ ਗੁਜਰਾਤ ਨੇ ਸ਼ੁਰੂ ਕੀਤੀ ਹੈ ਤਾਂ ਅਸੀਂ ਗੱਲ ਕਰ ਲੈਨੇ ਆ ਗੁਜਰਾਤ ਦੀ ਗੁਜਰਾਤ ਦੀ ਕੈਪੀਟਲ ਕੀ ਆ ਗੁਜਰਾਤ ਦੀ ਕੈਪੀਟਲ ਆ ਗਾਂਦੀ ਨਗਰ ਇੱਥੋਂ ਦੇ ਚੀਫ ਮਿਨਿਸਟਰ ਆ ਭੁਪਿੰਦਰ ਭਾਈ ਪਟੇਲ ਤੇ ਇੱਥੋਂ ਦੇ ਗਵਰਨਰ ਆ ਆਚਾਰੀਆ ਦੇਵਰਾਤ ਹਾਂਜੀ ਗੁਜਰਾਤ ਦੀ ਰਾ ਸਰਕਾਰ ਨੇ ਨਦੀਆਂ ਦੇ ਸਨਮਾਨ ਵਿੱਚ ਨਦੀ ਉਤਸ਼ਵ ਸ਼ੁਰੂ ਕੀਤਾ ਗੁਜਰਾਤ ਹਾਈ ਕੋਰਟ ਵਿੱਚ ਦੇਸ਼ ਦੀ ਪਹਿਲੀ ਨਿਆ ਘੜੀ ਲਗਾਈ ਗਈ ਗੁਜਰਾਤ ਵਿੱਚ ਸਿਰਾਜਪੁਰ ਸ਼ਿਵਰਾਜਪੁਰ ਵੀਚਾ ਇਹ ਦਿਵਾਰਿਕਾ ਜ਼ਿਲ੍ਹੇ ਦੇ ਵਿੱਚ ਪੈਂਦੀ ਹੈ ਤੇ ਇਸ ਨੂੰ ਬਲੂ ਫਲੈਗਸ ਸਰਟੀਫਿਕੇਟ ਮਿਲਿਆ ਸੀ ਕਿਸਾਨ ਸੂਰਜ ਦੇਵੀ ਯੋਜਨਾ ਗੁਜਰਾਤ ਦੇ ਵਿੱਚ ਸ਼ੁਰੂ ਹੋਈ ਗਿਰਨਾਰ ਰੂਪਵੇ ਦਾ ਉਦਘਾਟਨ ਵੀ ਗੁਜਰਾਤ ਦੇ ਵਿੱਚ ਹੋਇਆ ਦੁਨੀਆ ਦਾ ਸਭ ਤੋਂ ਵੱਡਾ ਜ਼ਿੰਕ ਸਮੈਲਟਰ ਪ੍ਰੋਜੈਕਟ ਗੁਜਰਾਤ ਦੇ ਵਿੱਚ ਬਣ ਰਿਹਾ ਹੈ ਮੱਖ ਮੰਤਰੀ ਮਹਿਲਾ ਉਤਕਸ਼ਜ ਯੋਜਨਾ ਗੁਜਰਾਤ ਦੇ ਵਿੱਚ ਸ਼ੁਰੂ ਹੋਈ ਗੁਜਰਾਤ ਦੇ ਚੀਫ ਮਿਨਿਸਟਰ ਨੇ ਏ ਨਗਰ ਮੋਬਾਈਲ ਐਪ ਲਾਂਚ ਕੀਤੀ ਗੁਜਰਾਤ ਦੇ ਵਿੱਚ ਗਿਰੀ ਨੈਸ਼ਨਲ ਪਾਰਕ ਆ ਇਹ ਏਸ਼ੀਆਟਿਕ ਲਾਇਨਸ ਦੇ ਲਈ ਫੇਮਸ ਆ ਗੁਜਰਾਤ ਦੇ ਵਿੱਚ ਸਰਦਾਰ ਸਰੋਵਰ ਡੈਮ ਵੀ ਆ ਸਰਦਾਰ ਸਰੋਵਰ ਡੈਮ ਗੁਜਰਾਤ ਦੇ ਵਿੱਚ ਨਾਲ ਸਰੋਵਰ ਲੈਕ ਆ ਥੋਗ ਲੈਕ ਆ ਖਿਜ਼ਾੜੀਆਂ ਲੈਕ ਆ ਕਨਕੜੀਆਂ ਲੈਕ ਆ ਇਹਨਾਂ ਤੁਸੀਂ ਯਾਦ ਰੱਖਣਾ ਗੁਜਰਾਤ ਦੇ ਬਾਰੇ ਨੈਕਸਟ ਕੁਐਸਚਨ ਹੈ ਜੀ ਸਾਰਾ ਗਿੱਲ ਕਿਸ ਦੇਸ਼ ਦੀ ਪਹਿਲੀ 트ਾਂਸਜੈਂਡਰ ਡਾਕਟਰ ਬਣੀ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਬੀ ਪਾਕਿਸਤਾਨ ਪਾਕਿਸਤਾਨ ਨੇ ਦੇਸ਼ ਦੀ 트ਾਂਸਜੈਂਡਰ ਡਾਕਟਰ ਬਣੀ ਸਾਰਾ ਗਿੱਲ ਹੁਣ ਅਸੀਂ ਗੱਲ ਕਰ ਰਹੇ ਹਾਂ ਪਾਕਿਸਤਾਨ ਦੀ ਤਾਂ ਪਾਕਿਸਤਾਨ ਦੀ ਕੈਪੀਟਲ ਕੀ ਆ ਹਾਂਜੀ ਪਾਕਿਸਤਾਨ ਦੀ ਕੈਪੀਟਲ ਆ ਇਸਲਾਮਾਬਾਦ ਇਥੋਂ ਦੇ ਚੀਫ ਮਿੰਿਸਟਰ ਕੌਣ ਨੇ ਇਥੋਂ ਦੇ ਚੀਫ ਮਿਨਿਸਟਰ ਆ ਸੌਰੀ ਪ੍ਰਾਈਮ ਮਿਨਿਸਟਰ ਆ ਇਥੋਂ ਦੇ ਪ੍ਰਾਈਮ ਮਿਨਿਸਟਰ ਆ ਕ੍ਰਿਕਟਰ ਇਮਰਾਨ ਖਾਨ ਅਤੇ ਇਥੋਂ ਦੀ ਕਰੰਸੀ ਆ ਪਾਕਿਸਤਾਨੀ ਰੁਪਇਆ ਤੇ ਅਦੇ ਇਥੋਂ ਦੇ ਪ੍ਰੈਜ਼ੀਡੈਂਟ ਆ ਆਰ ਐਫ ਅਲਬੀ ਇੰਡੀਆ ਤੇ ਪਾਕਿਸਤਾਨ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ ਰੈੱਡ ਕਲਿਫ ਲਾਈਨ ਕਹਿੰਦੇ ਆ ਇੰਪੋਰਟੈਂਟ ਕੁਐਸਚਨ ਆ ਜ਼ਿਆਦਾਤਰ ਐਗਜ਼ਾਮ ਦੇ ਵਿੱਚ ਪੁੱਛ ਲਿਆ ਜਾਂਦਾ ਸੇਮ ਇਹਦੇ ਨਾਲ ਰਿਲੇਟਿਡ ਤੁਹਾਨੂੰ ਇਹ ਵੀ ਆ ਸਕਦਾ ਕਿ ਪਾਕਿਸਤਾਨ ਤੇ ਅਫਗਾਨਿਸਤਾਨ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ ਕੀ ਕਹਿੰਦੇ ਆ ਡਰੰਡ ਲਾਈਨ ਇੰਡੀਆ ਤੇ ਚਾਈਨਾ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ ਬੋਲਦੇ ਆ ਮੈਕਮੋਹਨ ਲਾਈਨ ਸਾਊਥ ਕੋਰੀਆ ਤੇ ਨਾਰਥ ਕੋਰੀਆ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ ਬੋਲਦੇ ਆ 38th ਪੈਰਲਰ ਜਾਨੀ ਕਿ 38 ਸਮਾਨਾਂਤਰ ਯੂਐਸ ਅਤੇ ਕੈਨੇਡਾ ਨੂੰ ਡਿਵਾਈਡ ਕਰਨ ਵਾਲੀ ਲਾਈਨ ਨੂੰ ਬੋਲਦੇ ਆ 49th ਪੈਰਲਰ ਜਾਨੀ ਕਿ 49 ਸਮਾਨਾਂਤਰ ਪਾਕਿਸਤਾਨ ਨੇ ਬਾਬਰ ਕਰੂਜ਼ ਮਿਜ਼ਾਈਲ 1B ਦਾ ਸਫਲਤਾਪੂਰਵਕ ਪਰિક્ષਣ ਕੀਤਾ ਹਿੰਦੂ ਮੰਦਰਾਂ ਦੀ ਦੇਖਭਾਲ ਲਈ ਪਹਿਲ ਦੀ ਸਥਾਪਨਾ ਪਾਕਿਸਤਾਨ ਨੇ ਕੀਤੀ ਜਸਟਿਸ ਆਇਸਾ ਮਲਿਕ ਪਾਕਿਸਤਾਨ ਦੀ ਪਹਿਲੀ ਮਹਿਲਾ ਜਸਟਿਸ ਚੀਫ ਜਸਟਿਸ ਬਣੀ ਆ ਪਾਕਿਸਤਾਨ ਨੇ ਸੌਰੀ ਪਾਕਿਸਤਾਨ ਦੇ ਇੱਕ ਟਰਾਂਸ ਜੈਂਡਰ ਆ ਤੇ ਉਹਨਾਂ ਨੂੰ ਪਾਕਿਸਤਾਨ ਨੇ ਜ ਜਿਹਨਾਂ ਦਾ ਨਾਮ ਆ ਆਇਸਾ ਮੁਗਲ ਸੰਜੋਗਤ ਰਾਸ਼ਟਰ ਦੇ ਵਿੱਚ ਆਪਣੀ ਪ੍ਰਤੀਨਿਧੀ ਵਜੋਂ ਭੇਜਿਆ ਪਾਕਿਸਤਾਨ ਨੇ ਨਿਗਮ ਜੋਹਨ ਨੂੰ ਆਪਣੀ ਫੌਜ ਵਿੱਚ ਪਹਿਲੀ ਮਹਿਲਾ ਲੈਫਟੀਨੈਂਟ ਬਣਾਇਆ ਪਰਮਾਣੂ ਸਮਰੱਥਾ ਵਾਲੀ ਗਜ਼ਨਵੀ ਮਿਜ਼ਾਈਲ ਦਾ ਸਫਲ ਪਰਖਣ ਪਾਕਿਸਤਾਨ ਨੇ ਕੀਤਾ ਸੀ ਨਸੀਮ ਸਾਹ ਟੈਸਟ ਵਿੱਚ ਹੈਟ੍ਰਿਕ ਲੈਣ ਵਾਲਾ ਸਭ ਤੋਂ ਘੱਟ ਉਮਰ ਦਾ ਕ੍ਰਿਕਟਰ ਬਣਿਆ ਨਸੀਮ ਸਾਹ ਠੀਕ ਹੈ ਇਹਨਾਂ ਤੁਸੀਂ ਯਾਦ ਰੱਖਣਾ ਪਾਕਿਸਤਾਨ ਦੇ ਬਾਰੇ ਨੈਕਸਟ ਕੁਐਸਚਨ ਹੈ ਜੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਹਿਲਾ ਜ਼ਿਲ੍ਹਾ ਗੁੱਡ ਗਵਰਨੈਂਸ ਇੰਡੈਕਸ ਕਿੱਥੇ ਜਾਰੀ ਕੀਤਾ ਹਾਂਜੀ ਗ੍ਰਹਿ ਮੰਤਰੀ ਅਮਿਤ ਸਰ ਅਮਿਤ ਸ਼ਾਹ ਨੇ ਸਾਡੇ ਗ੍ਰਹਿ ਮੰਤਰੀ ਅਮਿਤ ਸ਼ਾਹ ਇਹਨਾਂ ਨੇ ਜ਼ਿਲ੍ਹਾ ਗੁੱਡ ਗਵਰਨੈਂਸ ਇੰਡੈਕਸ ਜਾਰੀ ਕੀਤਾ ਵਾ ਤੇ ਜਿਹਦੇ ਵਿੱਚ ਟੌਪ ਤੇ ਆ ਜੰਮੂ ਟਾਪ ਤੇ ਹੈ ਜੰਮੂ ਜ਼ਿਲ੍ਹਾ ਅਤੇ 5th ਨੰਬਰ ਤੇ ਹੈ ਸ਼੍ਰੀਨਗਰ ਇਹ ਵੀ ਤੁਸੀਂ ਯਾਦ ਰੱਖਣਾ ਹੁਣ ਅਸੀਂ ਗੱਲ ਕਰ ਰਹੇ ਹਾਂ ਜੰਮੂ ਅਤੇ ਕਸ਼ਮੀਰ ਦੀ ਇਹਦੇ ਨਾਲ ਰਿਲੇਟਿਡ ਤੁਹਾਡਾ ਇੱਕ ਹੋਰ ਕਰੰਟ ਅਫੇਅਰ ਦਾ ਕੁਐਸਚਨ ਬਣਦਾ ਸੀਗਾ ਜਿਹੜਾ ਕਿ ਮੈਂ ਐਡ ਕਰ ਦਿੱਤਾ ਹੋਇਆ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਹਾਲ ਹੀ ਵਿੱਚ ਜੈਰੀ ਹੈਮਲੇਟ ਨੂੰ ਕਿਸ ਰਾਜ ਦਾ ਦੁੱਧ ਪਿੰਡ ਨਿ ਘੋਸ਼ਿਤ ਕੀਤਾ ਗਿਆ ਹਾਂਜੀ ਜੰਮੂ ਅਤੇ ਕਸ਼ਮੀਰ ਇਸ ਕੋਸ਼ਣ ਦਾ ਵੀ ਰਾਈਟ ਆਨਸਰ ਹੈ ਜੰਮੂ ਅਤੇ ਕਸ਼ਮੀਰ ਦੇ ਆ ਜੈਰੀ ਹੈਮਲੇਟ ਠੀਕ ਹੈ ਇਹ ਪਿੰਡ ਦਾ ਨਾਮ ਹੈ ਤੇ ਇਹਨੂੰ ਦੁੱਧ ਪਿੰਡ ਘੋਸ਼ਿਤ ਕੀਤਾ ਗਿਆ ਠੀਕ ਹੈ ਹਾਲ ਹੀ ਵਿੱਚ ਜੈਰੀ ਹੈਮਲੇਟ ਨੂੰ ਦੁੱਧ ਪਿੰਡ ਘੋਸ਼ਿਤ ਕਰ ਦਿੱਤਾ ਗਿਆ ਹੈ ਜੰਮੂ ਕਸ਼ਮੀਰ ਦੇ ਵਿੱਚ ਕੀਤਾ ਗਿਆ ਹੈ ਤਾਂ ਹੁਣ ਦੇਖੋ ਜੰਮੂ ਕਸ਼ਮੀਰ ਹਾਂਜੀ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਕਿ ਜੰਮੂ ਕਸ਼ਮੀਰ ਦੇ ਲਿਊਟੇਨੇਟ ਗਵਰਨਰ ਕੌਣ ਨੇ ਜੰਮੂ ਕਸ਼ਮੀਰ ਦੇ ਲਿਊਟੇਨੈਂਟ ਗਵਰਨਰ ਮੀਨੋਸ ਸੇਨਾ ਜੰਮੂ ਕਸ਼ਮੀਰ ਦੇ ਵਿੱਚ ਡੱਚਗ੍ਰਾਮ ਨੈਸ਼ਨਲ ਪਾਰਕ ਆ ਕਿਸ਼ਤਵਾੜ ਨੈਸ਼ਨਲ ਪਾਰਕ ਆ ਜੰਮੂ ਕਸ਼ਮੀਰ ਦੇ ਵਿੱਚ ਦਲ ਝੀਲ ਆ ਬੁਲਰ ਝੀਲ ਆ ਜੰਮੂ ਕਸ਼ਮੀਰ ਦੇ ਵਿੱਚ ਸਾਈਕਲੋਥਲ ਇਵੈਂਟ ਪੈਡਲ ਡਲ ਦਾ ਆਯੋਜਨ ਕੀਤਾ ਗਿਆ ਕਾਰਿਗਰਾਂ ਅਤੇ ਬੁਣਕਰਾਂ ਦੇ ਲਈ ਕਾਰਖੰਡਰ ਸਕੀਮ ਦਾ ਉਦਘਾਟਨ ਵੀ ਜੰਮੂ ਕਸ਼ਮੀਰ ਦੇ ਵਿੱਚ ਹੀ ਹੋਇਆ ਜੰਮੂ ਕਸ਼ਮੀਰ ਦੇ ਵਿੱਚ ਹੈਰਾਤ ਉਤਸਵ ਮਨਾਇਆ ਜਾਂਦਾ ਹੈ ਇਹ ਮਹਾ ਸ਼ਿਵਰਾਤਰੀ ਦੇ ਉੱਪਰ ਮਨਾਇਆ ਜਾਂਦਾ ਵਾ ਇਸ ਲਈ ਇਸ ਨੂੰ ਮਹਾ ਸ਼ਿਵਰਾਤਰੀ ਪਰਬ ਵੀ ਕਿਹਾ ਜਾਂਦਾ ਹੈ ਦੇਵਿਕਾ ਤੇ ਪੁਨੇਜ਼ਾ ਪੁਲ ਦਾ ਉਦਘਾਟਨ ਵੀ ਜੰਮੂ ਕਸ਼ਮੀਰ ਦੇ ਵਿੱਚ ਹੀ ਹੋਇਆ ਸੀ ਜੰਮੂ ਕਸ਼ਮੀਰ ਗਾਇਮਰ ਝੀਲ ਅਤੇ ਮਾਨਸਬਾਲ ਝੀਲ ਗੰਗਾਵਲ ਝੀਲ ਕੋਸਰਬਲ ਝੀਲ ਅਤੇ ਸ਼ੇਸ਼ਨਾਗ ਝੀਲ ਨਾਗਿੰਚੀਲ ਅਤੇ ਬੈਰੀਨਾਗ ਝੀਲ ਇਹ ਸਾਰੀਆਂ ਜੰਮੂ ਕਸ਼ਮੀਰ ਦੀਆਂ ਪ੍ਰਸਿੱਧ ਝੀਲਾਂ ਨੇ ਜਿਹੜੀਆਂ ਕਿ ਤੁਸੀਂ ਯਾਦ ਰੱਖਣੀਆਂ ਨੇ ਹਾਂਜੀ ਨੈਕਸਟ ਕੁਐਸਚਨ ਹੈ ਕਿਸ ਰਾਜ ਨੂੰ 11000 ਫੁੱਟ ਤੇ ਪਹਿਲਾ ਖੁੱਲਾ ਸਿੰਥੈਟਿਕ ਟਰੈਕ ਅਤੇ ਫੁੱਟਬਾਲ ਮੈਦਾਨ ਮਿਲਿਆ ਹੈ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਬੀ ਲਦਾਖ ਲਦਾਖ ਨੂੰ 11000 ਫੁੱਟ ਤੇ ਪਹਿਲਾ ਖੁੱਲਾ ਸਿੰਥੈਟਿਕ ਟਰੈਕ ਅਤੇ ਫੁੱਟਬਾਲ ਮੈਦਾਨ ਮਿਲਿਆ ਹੁਣ ਅਸੀਂ ਗੱਲ ਕਰ ਰਹੇ ਹਾਂ ਲਦਾਖ ਦੀ ਤਾਂ ਲਦਾਖ ਦੇ ਲਿਊਟੇਨੈਂਟ ਗਵਰਨਰ ਕੌਣ ਨੇ ਆਰ ਕੇ ਮਾਥੁਰ ਯਾਨੀ ਕਿ ਰਾਧਾ ਕ੍ਰਿਸ਼ਨਨ ਮਾਥੁਰ ਨੈਕਸਟ ਕੁਐਸਚਨ ਹੈ ਜੀ RBI ਦੁਆਰਾ ਯੂਨੀ ইউনিটি স্মল ফাইনান্স ব্যাংক ਦੇ ਚੇਅਰਮੈਨ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ ਹਾਂਜੀ ਯੂਨਿਟੀ স্মਾਲ ফাইনান্স ਬੈਂਕ ਦੇ ਚੇਅਰਮੈਨ ਵਜੋਂ ਨਿਯੁਕਤ ਕੀਤਾ ਗਿਆ ਹੈ ਆਰਬੀਆਈ ਦੁਬਾਰਾ ਕੀਤੇ ਗਏ ਆ ਵਿਨੋਦ ਰਾਏ অপਸ਼ਨ ਨੰਬਰ ਸੀ ਇਸ ザ ਰਾਈਟ ਆਂਸਰ ਹੁਣ ਅਸੀਂ ਗੱਲ ਕਰ ਰਹੇ ਆ ਆਰਬੀਆਈ ਦੀ ਯਾਨੀ ਕਿ ਆਰਬੀਆਈ ਦਾ ਫੁੱਲ ਫਾਰਮ ਕੀ ਹੈ ਰਿਜ਼ਰਵ ਬੈਂਕ ਆਫ ਇੰਡੀਆ ਇਸ ਦੀ ਸਥਾਪਨਾ ਕਦੋਂ ਹੋਈ 1 ਅਪ੍ਰੈਲ 1935 ਨੂੰ ਇਹਦਾ ਹੈੱਡ ਕੁਆਰਟਰ ਕਿੱਥੇ ਆ ਮੁੰਬਈ ਦੇ ਵਿੱਚ ਐਡ ਪ੍ਰੈਜ਼ੈਂਟ ਦੇ ਗਵਰਨਰ ਕੌਣ ਨੇ ਸ਼ਕਤੀਕਾਂਤ ਦਾਸ ਨੈਕਸਟ ਕੁਐਸਚਨ ਹੈ ਜੀ ਕੋਇਲਾ ਦਰਪਣ ਪੋਰਟਲ ਕਿਸ ਨੇ ਸ਼ੁਰੂ ਕੀਤਾ ਹੈ ਹਾਂਜੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਸ਼ਨ ਨੰਬਰ ਬੀ ਡਾਕਟਰ ਅਨਿਲ ਕੁਮਾਰ ਜੈਨ ਡਾਕਟਰ ਅਨਿਲ ਕੁਮਾਰ ਜੈਨ ਜਿਹੜੇ ਕਿ ਸਾਡੇ ਕੋਲਾ ਮੰਤਰਾਲੇ ਦੇ ਮੰਤਰੀ ਆ ਇਹਨਾਂ ਨੇ ਹਾਂਜੀ ਇਹਨਾਂ ਨੇ ਹੀ कोला दर्पण पोर्टल लॉन्च किया है ठीक है इना याद रखना नैक्सट क्वेश्चन है जी मिया अमोर मोटले किस देश की प्रधानमंत्री चुनी गई है राइट आंसर है जी ऑप्शन नंबर ए बारबाडोस बार्बाडोज की प्रधानमंत्री चुनी गई है मिया अमोर मोटले ਹੁਣ ਅਸੀਂ ਗੱਲ ਕਰ ਰਹੇ ਹਾਂ ਬਾਰਬਾਡੋਸ ਦੀ ਤਾਂ ਬਾਰਬਾਡੋਸ ਦੀ ਕੈਪੀਟਲ ਕੀ ਹੈ ਬ੍ਰਿਸਟਾਊਨ ਇਥੋਂ ਦੀ ਕ੍ਰਾਂਸੀ ਕੀ ਹੈ ਬਾਰਬਾਡੋਸ ਡਾਲਰ ਅਤੇ ਇਥੋਂ ਦੇ ਪ੍ਰਾਈਮ ਮਿਨਿਸਟਰ ਤਾਂ ਇਹ ਹੀ ਚੁਣੇ ਗਏ ਆ ਮੀਆ ਅਮੋਰ ਮੋਟਲੇ ਨੈਕਸਟ ਕੁਐਸਚਨ ਹੈ ਜੀ ਹਾਲ ਹੀ ਵਿੱਚ ਜਾਰੀ ਕੀਤੀ UNCTAD ਰਿਪੋਰਟ ਦੇ ਅਨੁਸਾਰ 2021 ਵਿੱਚ ਭਾਰਤ FDI ਦੇ ਪ੍ਰਵਾਹ ਵਿੱਚ ਕਿੰਨੇ ਪ੍ਰਤੀਸ਼ਤ ਦੀ ਕਮੀ ਆਈ ਹੈ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਸੀ 26% ਜੂ ਐਨ ਸੀ ਟੀ ਏ ਡੀ ਨੇ ਇੱਕ ਰਿਪੋਰਟ ਜਾਰੀ ਕੀਤੀ ਆ ਜਿਹਦੇ ਅਕੋਰਡਿੰਗ 2021 ਦੇ ਵਿੱਚ ਭਾਰਤ ਦੇ ਵਿੱਚ ਐਫ ਡੀ ਆਈ ਦੇ ਪ੍ਰਵਾਹ ਦੇ ਵਿੱਚ 26% ਜਿਹੜੀ ਕਮੀ ਆਈ ਹੈ ਠੀਕ ਹੈ ਹੁਣ ਅਸੀਂ ਗੱਲ ਕਰ ਰਹੇ ਹਾਂ ਯੂ ਐਨ ਸੀ ਟੀ ਏ ਡੀ ਦੀ ਇਦੀ ਫੁੱਲ ਫਾਰਮ ਕੀ ਹੈ ਯੂਨਾਈਟਿਡ ਨੈਸ਼ਨਲ ਕਾਨਫਰੰਸ ਔਨ ਟ੍ਰੇਡ ਐਂਡ ਡਿਵੈਲਪਮੈਂਟ ਇਹਦੀ ਸਥਾਪਨਾ ਕਦੋਂ ਹੋਈ ਸੀ 1964 ਦੇ ਵਿੱਚ ਤੇ ਇਹਦਾ ਹੈੱਡਕੁਆਰਟਰ ਕਿੱਥੇ ਆ ਜਨੇਵਾ ਦੇ ਵਿੱਚ ਠੀਕ ਹੈ ਇਹਨਾਂ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਹੈ ਜੀ ਦੁਨੀਆ ਭਰ ਵਿੱਚ ਇਕੱਲੇ ਉੱਡਣ ਵਾਲੀ ਸਭ ਤੋਂ ਘੱਟ ਉਮਰ ਦੀ ਔਰਤ ਕੌਣ ਬਣ ਗਈ ਹੈ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਬੀ ਜਾਰਾ ਰਦਰਫੋਰਡ ਜਾਰਾ ਰਦਰਫੋਰਡ ਦੁਨੀਆ ਭਰ ਦੇ ਵਿੱਚ ਇਕੱਲੇ ਉੱਡਣ ਵਾਲੀ ਸਭ ਤੋਂ ਘੱਟ ਉਮਰ ਦੀ ਔਰਤ ਬਣ ਗਈ ਆ ਜਾਰਾ ਫੌਡਰਡ ਰਦਰਫੋਰਡ ਸੌਰੀ ਜਾਰਾ ਰਦਰਫੋਰਡ ਇਹਨਾਂ ਨੇ ਰੀਸੈਂਟਲੀ ਮਾਈਕਰੋ ਲਾਈਟ ਪਲੈਨ ਦੇ ਨਾਲ ਦੁਨੀਆ ਭਰ ਦੇ ਪੰਜ ਮਹਾਦੀਪਾਂ ਤੇ 31 ਦੇਸ਼ਾਂ ਦੀ ਯਾਤਰਾ ਕੀਤੀ ਆ ਇਹ 19 ਸਾਲ ਦੀ ਆ ਅਤੇ ਬੈਲਜੀਅਮ ਦੀ ਰਹਿਣ ਵਾਲੀ ਆ ਠੀਕ ਹੈ ਇਹਨਾਂ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਹੈ ਜੀ 44ਵਾਂ ਕੋਕਬੋ ਰੋਕ ਦਿਵਸ ਕਿੱਥੇ ਮਨਾਇਆ ਗਿਆ ਹੈ ਹਾਂਜੀ 44ਵਾਂ ਕੋਕਬੋ ਰੋਕ ਦਿਵਸ ਜਿਹੜਾ ਇਹ ਤ੍ਰਿਪੁਰਾ ਦੇ ਵਿੱਚ ਮਨਾਇਆ ਗਿਆ ਵਾ ਅਸਲ ਦੇ ਵਿੱਚ ਕੋਕਬੋ ਰੋਕ ਹੈ ਕੀ ਆ ਕੋਕਬੋ ਰੇਕ ਇਹ ਹੈ ਕੀ ਹੈ ਇਹ ਤ੍ਰੇਪੁਰਾ ਦੀ ਭਾਸ਼ਾ ਵਾ ਤ੍ਰੇਪੁਰਾ ਦੀ ਭਾਸ਼ਾ ਨੂੰ ਕੋਕ ਬੋ ਰੋਕ ਕਹਿੰਦੇ ਆ ਠੀਕ ਹੈ ਜਾਨੀ ਕਿ ਕੋਕ ਬੋ ਰੋਕ ਭਾਸ਼ਾ ਦੇ ਵਿਕਾਸ ਦਾ ਜਸ਼ਨ ਮਨਾਉਣ ਦੇ ਲਈ ਇਹ ਦਿਵਸ ਜਿਹੜਾ ਮਨਾਇਆ ਜਾਂਦਾ ਵਾ ਤੇ 19 ਜਨਵਰੀ ਨੂੰ ਇਹ ਮਨਾਇਆ ਗਿਆ ਵਾ ਤੇ 44ਵਾਂ ਦਿਵਸ ਮਨਾਇਆ ਗਿਆ ਵਾ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਹੁਣ ਅਸੀਂ ਗੱਲ ਕਰ ਰਹੇ ਹਾਂ ਤ੍ਰੇਪੁਰਾ ਦੀ ਤਾਂ ਤ੍ਰੇਪੁਰਾ ਦੀ ਕੈਪੀਟਲ ਕੀ ਆ ਅਗਰਤਲਾ ਇਥੋਂ ਦੇ ਚੀਫ ਮਿਨਿਸਟਰ ਕੌਣ ਨੇ ਵਿਪਲਵ ਕੁਮਾਰ ਦੇਵ ਤੇ ਇਥੋਂ ਦੇ ਗਵਰਨਰ ਕੌਣ ਨੇ ਸਤਿਆਦੇਵ ਨਰਾਇਣ ਆਰੀਆ ਸਦੀਆਂ ਪੁਰਾਣੀ ਕੈਰ ਪੂਜਾ ਭਾਰਤ ਦੇ ਤ੍ਰਿਪੁਰਾ ਦੇ ਵਿੱਚ ਫਿਰ ਤੋਂ ਸ਼ੁਰੂ ਹੋਈ ਐ 1 2 ਖੇਡੋ 1 2 ਪੜੋ ਲਰਨਿੰਗ ਪ੍ਰੀਯੋਜਨਾ ਤ੍ਰਿਪੁਰਾ ਦੇ ਵਿੱਚ ਸ਼ੁਰੂ ਹੋਈ ਤ੍ਰਿਪੁਰਾ ਦੇ ਚੀਫ ਮਿਨਿਸਟਰ ਨੇ ਆਕਸੀਜਨ ਪਾਰਕ ਦਾ ਉਦਘਾਟਨ ਕੀਤਾ ਹਾਂਜੀ ਇੰਨਾ ਤੁਸੀਂ ਯਾਦ ਰੱਖਣਾ ਤ੍ਰਿਪੁਰਾ ਦੇ ਬਾਰੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੀਸੈਂਟਲੀ ਬੰਗਲਾਦੇਸ਼ ਅਤੇ ਤ੍ਰਿਪੁਰਾ ਦੇ ਵਿੱਚ ਨਵੇਂ ਹਾਈਵੇ ਨੂੰ ਮਨਜ਼ੂਰੀ ਦਿੱਤੀ ਇੰਨਾ ਤੁਸੀਂ ਯਾਦ ਰੱਖਣਾ ਤ੍ਰਿਪੁਰਾ ਬਾਰੇ ਨੈਕਸਟ ਕੁਐਸਚਨ ਹੈ ਜੀ ਹਾਂਜੀ ਨੈਕਸਟ ਕੁਐਸਚਨ ਦੇ ਵਿੱਚ ਤੁਹਾਨੂੰ 기ਵਨ ਹੈ ਕਿ ਪੁਸਤਕ ਬਿਰਸਾ ਮੁੰਡਾ ਇੱਕ ਨਾਮ ਆ ਪੁਸਤਕ ਦਾ ਜਿਹਦਾ ਨਾਮ ਕੀ ਆ ਲਿਜੈਂਡ ਦਾਲ ਇਸ ਐਂਡ ਆਫ ਵਿਰਸਾ ਮੁੰਡਾ ਇਹ ਪੁਸਤਕ ਤੁਸੀਂ ਯਾਦ ਰੱਖਣੀ ਆ ਮੈਂ ਤੁਹਾਨੂੰ ਅੱਗੇ ਵੀ ਕਹਿੰਨੀ ਹੁਣੀ ਇੰਗਲਿਸ਼ ਦੇ ਵਿੱਚ ਨਾਮ ਯਾਦ ਰੱਖਣਾ ਤੇ ਨਾਲ ਹੀ ਰਾਈਟਰ ਦਾ ਨਾਮ ਠੀਕ ਹੈ ਪੁਸਤਕ ਵਿਰਸਾ ਮੁੰਡਾ ਕਿਸ ਨੇ ਲਿਖੀ ਆ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਬੀ ਹਾਂਜੀ ਇਸ ਬੁੱਕ ਨੂੰ ਮਿਲ ਕੇ ਲਿਖਿਆ ਹੈ ਕਿੰਨਾਂ ਨੇ ਮਿਲ ਕੇ ਲਿਖਿਆ ਹੈ ਤੁਸੀਂ ਤੋ ਹਿੰ ਆ ਸਿਨਮਾ ਸਿਨਹਾ ਅਤੇ ਅੰਕਿਤਾ ਬਰਮਾ ਨੇ ਠੀਕ ਹੈ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਹੁਣ ਇੱਥੇ ਬੁੱਕ ਦੀ ਗੱਲ ਹੋ ਰਹੀ ਹੈ ਤਾਂ ਰੀਸੈਂਟਲੀ ਅਸੀਂ ਜਿੰਨੀਆਂ ਵੀ ਬੁੱਕਸ ਕੀਤੀਆਂ ਵਾਂ ਮੈਂ ਤੁਹਾਨੂੰ ਸਭ ਦੇ ਨਾਮ ਦੱਸ ਦਿੰਨੀ ਆ ਤੁਸੀਂ ਯਾਦ ਰੱਖਣਾ ਸੀ ਰਿਵਾਈਜ਼ ਕਰ ਲੈਣੇ ਆ ਹਾਥੀ ਦੇ ਹਥਿਆਰੇ ਦਾ ਮੇਕਿੰਗ ਆਫ ਨਥੁਰਾਮ ਹਿਸ ਇੰਡੀਆ ਆਫ ਹਿਸ ਆਈਡੀਆ ਆਫ ਇੰਡੀਆ ਮੈਂ ਫਿਰ ਤੋਂ ਬੋਲਦੀ ਆ ਹਾਥੀ ਦੇ ਹਥਿਆਰੇ ਦਾ ਮੇਕਿੰਗ ਆਫ ਨਥੁਰਾਮ ਹਿਸ ਆਈਡੀਆ ਆਫ ਇੰਡੀਆ ਇਸ ਬੁੱਕ ਨੂੰ ਲਿਖਿਆ ਵਾ ਤਰਮਿੰਦਰ ਕੇ ਚਾਣੀ ਮਮਤਾ ਬਿਓਂਡ 2021 ਇਸ ਬੁੱਕ ਨੂੰ ਲਿਖਿਆ ਵਾ ਜਯੰਤ ਕੋਸ਼ ਨੇ ਬੈਚਲਰ ਡੈਡ ਇਸ ਬੁੱਕ ਨੂੰ ਲਿਖਿਆ ਤੁਸ਼ਾਰ ਕਪੂਰ ਨੇ ਪਬਲਿਕ ਸਰਵਿਸ ਅਧਿਕਸ ਇਸ ਬੁੱਕ ਨੂੰ ਲਿਖਿਆ ਵਾ ਪ੍ਰਭਾਤ ਕੁਮਾਰ ਨੇ ਕੁਕਿੰਗ ਟੂ ਸੇਵ ਯੂਅਰ ਲਾਈਫ ਇਸ ਬੁੱਕ ਨੂੰ ਲਿਖਿਆ ਅਭਿਜੀਤ ਬੈਨਰਜੀ ਨੇ ਇਨਕਲਾਬ ਅ ਹਸ ਇੱਕ ਹਾਂਜੀ ਇੱਕ ਨੋਵਲ ਆ ਹੁਸੈਨ ਜੈਦੀ ਦਾ ਜਿਹਦਾ ਨਾਮ ਆ ਦਾ ਐਂਡ ਗੇਮ ਠੀਕ ਹੈ ਇਹ ਵੀ ਤੁਸੀਂ ਯਾਦ ਰੱਖਣਾ ਔਰੀਐਂਟਿੰਗ ਐਂਡ ਇੰਡੀਅਨ ਇਨ ਜਾਪਾਨ ਇਸ ਬੁੱਕ ਨੂੰ ਲਿਖਿਆ ਪਲਬੀ ਅਯਰ ਨੇ ਹਾਊ ਦਾ ਅਰਥ ਗਾਟ ਇਟਸ ਬਿਊਟੀ ਇਸ ਬੁੱਕ ਨੂੰ ਲਿਖਿਆ ਇਮਫੋਸਿਸ ਦੀ ਸੁਦਾ ਮੂਰਤੀ ਨੇ ਨਹਿਰੂ ਦਾ ਡਿਬੈਟਸ ਥੈਟ ਡਿਫਾਈਨਡ ਇਨ ਇੰਡੀਆ ਇਹ ਬੁੱਕ ਨੂੰ ਲਿਖਿਆ ਤ੍ਰਿਪੁਰ ਦਮਨ ਅਤੇ ਅਦਿਲ ਹੁਸੈਨ ਨੇ ਮਿਲ ਕੇ ਇੱਕ ਬੁੱਕ ਹੈ ਮਾਡਰਨ ਇੰਡੀਆ ਨਾਮ ਦੀ ਜਿਸ ਦਾ ਨਾਮ ਆ ਮਾਡਰਨ ਇੰਡੀਆ ਇਸ ਬੁੱਕ ਨੂੰ ਲਾਂਚ ਕੀਤਾ ਹਰਿਆਣਾ ਦੇ ਚੀਫ ਮਿਨਿਸਟਰ ਮਨੋਹਰ ਲਾਲ ਖੱਟਰ ਨੇ ਅਤੇ ਇਸ ਬੁੱਕ ਨੂੰ ਲਿਖਿਆ ਪੂਨਮ ਦਲਾਲ ਦਈਆ ਨੇ ਇਹਨਾਂ ਤੁਸੀਂ ਯਾਦ ਰੱਖਣਾ ਨੈਕਸਟ ਵਰਜਨ ਹੈ ਜੀ ਪ੍ਰਧਾਨ ਮੰਤਰੀ ਮੋਦੀ ਕਿੱਥੇ ਕਰਨਗੇ ਸੰਤ ਰਾਮਾਨੁਜਾਰੀ ਆ ਸੰਤ ਰਾਮਾਨੁਜਾਚਾਰੀਆ ਦੀ 216 ਫੁੱਟ ਉੱਚੀ ਮੂਰਤੀ ਦਾ ਉਦਘਾਟਨ ਹਾਂਜੀ ਇਹ ਮੂਰਤੀ 216 ਫੁੱਟ ਉੱਚੀ ਹੈ ਤੇ ਕਿੰਨਾ ਦੀ ਹੈ ਮੂਰਤੀ ਰਾਮਾਨ ਰਾਮਨੁਜਾਚਾਰੀਆ ਦੀ ਆਪਸ਼ਨ ਨੰਬਰ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਬੀ ਠੀਕ ਹੈ ਹైదరాబాద్ ਦੇ ਵਿੱਚ 5 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 216 ਫੁੱਟ ਉੱਚੀ ਮੂਰਤੀ ਜਿਸ ਦਾ ਨਾਮ ਆ ਸੰਤ ਰਾਮਾਨ ਰਾਮਨੁਜਾਚਾਰੀਆ ਠੀਕ ਹੈ ਇਸ ਮੂਰਤੀ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ 5 ਫਰਵਰੀ ਨੂੰ ਕਰਨਗੇ ਵੀ ਤੁਸੀਂ ਯਾਦ ਰੱਖਣਾ ਠੀਕ ਹੈ ਹైదరాబాద్ ਦੇ ਵਿੱਚ ਨੈਕਸਟ ਕੁਐਸਚਨ ਹੈ ਜੀ ਕਿਸ ਨੇ ਕਾਮਕਾਰੀ ਔਰਤਾਂ ਦੀ ਅੰਤਰਰਾਸ਼ਟਰੀ ਐਸੋਸੀਏਸ਼ਨ ਅਵਾਰਡ ਦਿੱਤੇ ਆ ਹੈ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਅਵਾਰਡ ਦਾ ਨਾਮ ਯਾਦ ਰੱਖਣਾ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਵਰਕਿੰਗ ਊਮਨ ਇਸ ਅਵਾਰਡ ਨੂੰ ਜਿੱਤਿਆ ਵਾ ਸੁਸ਼ਮਿਤਾ ਸੈਨ ਨੇ ਆਪਸ਼ਨ ਨੰਬਰ ਸੀ ਇਜ਼ ਅ ਰਾਈਟ ਆਨਸਰ ਹਾਂਜੀ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਥੈਂਕਸ ਫॉर ਵਾਚਿੰਗ ਧੰਨਵਾਦ ਜੀ